ਕਿਵੇਂ ਲੱਗ ਰਿਹਾ? ਓਕੇ ਓਕੇ ਲੱਗ ਰਿਹਾ, ਪੂਰਾ ਵਧੀਆ। ਪਵਨ ਆ ਗਈ ਆ ਖੇਤ ਚਾਹ ਲੈ ਕੇ, ਤੇ ਆਪਾਂ ਵਾਹਣ ਵਾਹੀ ਜਾਂਦੇ ਸੀਗੇ ਤੇ 8 ਕਿੱਲੇ ਵਾਹਤਾ। ਹਾਂਜੀ, ਤੇ 5 ਹੋਰ ਵਾਵਾਂਗੇ ਤੇ ਫਿਰ ਜਾਵਾਂਗੇ ਘਰੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਸਤਿ ਸ਼੍ਰੀ ਅਕਾਲ ਜੀ, ਤੇ ਕੀ ਲੈ ਕੇ ਆਏ ਹੋ? ਆਪਾਂ ਲੈ ਕੇ ਆਏ ਜੀ ਪਰੌਠੇ ਬਣਾ ਕੇ। ਤੇ ਪਵਨ ਮੈਨੂੰ ਫੋਨ 'ਚ ਕਹਿੰਦੇ ਸੀ ਵੀ ਮੇਰਾ ਤਾਂ ਘਰੇ ਰੋਟੀ ਖਾਣ ਜੀ ਨਹੀਂ ਕਰਦਾ, ਤੇ ਖੇਤ ਜਾ ਕੇ ਰੋਟੀ। ਅੱਜ ਮੈਂ ਤਾਂ ਉੱਠੀ ਹੋਈ ਆ ਸਵੇਰ ਦੀ 4:30 ਦੀ, ਕਿਉਂਕਿ ਸੰਧੂ ਸਾਹਿਬ 4:30 ਦੇ ਆਏ ਹੋਏ ਆ, ਹਨਾ। ਤੇ ਹੁਣ ਵੱਜ ਗਿਆ 7:30। 7:30 ਹੋ ਗਏ। ਤੇ ਦੂਜਾ ਫਿਰ ਉਦੋਂ ਦੇ ਆਏ ਹੋਏ ਆ, ਤੇ ਉਦੋਂ ਦੀ ਦੂਜਾ ਕੀ ਕਹਿੰਦੇ ਹੁੰਦੇ ਆ, ਮੈਂ ਵੀ ਆਪਦੇ ਕੰਮ ਕਾਰ ਸਾਰੇ ਨਿਬੇੜ ਆਈ ਆ, ਸਾਰੇ ਮਤਲਬ ਕਿ ਝਾੜੂ ਪੋਚਾ A to Z ਰਸੋਈ ਦਾ ਕੰਮ ਕਰ ਆਏ ਆ। ਤੇ ਆਸਨ ਲਈ ਆਪਾਂ ਲਿਆਏ ਆ ਚਾਹ, ਤੇ ਚਾਹ ਆਪਾਂ ਪੀਨੇ। ਜੈਸ਼ ਆ ਜਾਓ, ਜੈਸ਼ ਵੀ ਕਟਾਉਣ ਸਰ ਮਿੱਟੀ ਦੇ ਵਿੱਚ ਲੱਗ ਗਿਆ। ਕਿੱਥੇ ਉਹ ਪਰਲੇ ਪਾਸੇ ਕਿੱਧਰ ਆਸਨ ਲਾਈਏ? ਉੱਥੇ ਲਾ ਲਈ, ਇੱਥੇ ਬੈਠੀ ਬਸ, ਇੱਥੇ ਲਾ ਲਈਏ। ਜੈਸ਼ ਆ ਜਾ, ਆਸਨ ਲਾ ਚੁੱਕੇ ਆ। ਤੇ ਖੇਤ ਦੀ ਚਾਹ ਤਾਂ ਤੁਹਾਨੂੰ ਪਤਾ ਹੀ ਆ, ਬਹੁਤ ਵਧੀਆ ਲੱਗਦੀ ਆ। ਤੇ ਅੱਜ ਕੱਲ ਦੋਸਤੋ ਸਾਡੇ ਵਲੌਗ ਜਿਹੜੇ ਤੁਹਾਨੂੰ ਕੀ ਖੇਤਾਂ ਦੇ ਵਿੱਚ ਹੀ ਜਿਹੜੇ ਕੀ ਦਿਖਾਈ ਦੇਣਗੇ, ਕਿਉਂਕਿ ਅਸੀਂ ਹੁਣ ਖੇਤ ਵਿੱਚ ਰਿਹਾ ਕਰਨਾ। ਤੇ ਦੋਸਤੋ ਅੱਜ ਤੋਂ 4-5 ਸਾਲ ਪਹਿਲਾਂ ਤਾਂ ਐਵੇਂ ਹੁੰਦਾ ਸੀਗਾ ਵੀ ਸਾਰਾ ਕੰਮ ਡਰਾਈਵਰ ਕਰਦੇ, ਉਦੋਂ ਡਰਾਈਵਰ ਰੱਖੇ ਹੁੰਦੇ ਸੀ। ਤੇ ਹੁਣ ਤੁਹਾਨੂੰ ਪਤਾ ਵੀ ਮਤਲਬ ਕਿ ਖੇਤੀ ਜੇ ਆਪ ਕਰਾਂਗੇ ਮਤਲਬ ਕਿ ਵਜਨ ਬਚਾਉਣ ਦੀ ਨੀ ਗੱਲ ਵੈਸੇ ਹੁੰਦੀ, ਵੀ ਇੰਜੋਏ ਬੰਦਾ ਮਤਲਬ ਕਿ ਨਜ਼ਾਰਾ ਹੀ ਵੱਖਰਾ ਜਿਹੜਾ ਖੇਤੀ ਆਪ ਕਰਦਾ। ਬਿਲਕੁਲ, ਇੱਕ ਆਪਾਂ ਟਰੈਕਟਰ ਹੀ ਵਾਹੁਣਾ ਹੁੰਦਾ ਤੇ ਜੇ ਉਹ ਵੀ ਆਪਾਂ ਕਿਰਾਏ ਤੇ ਵਹਾ ਲਈਏ ਤਾਂ ਫਿਰ ਹੋਰ ਤਾਂ ਆਪਾਂ ਵਿਹਲੇ ਰਹਿਣਾ, ਨਾ ਆਪਾਂ ਖਾਦ ਪਾਉਣੀ ਨਾ ਆਪਾਂ ਸਪਰੇ ਕਰਨੀ। ਤੇ ਪਹਿਲੇ ਟਰੈਕਟਰ ਟਰੂਕਟਰ ਸਾਰੇ ਸਾਡੇ ਮਤਲਬ ਕਿ ਡਰਾਈਵਰ ਰੱਖੇ ਹੁੰਦੇ ਸੀ, ਸਾਰਾ ਕੰਮ ਉਹ ਕਰਦੇ ਸੀਗੇ। ਤੇ ਉਸ ਤੋਂ ਬਾਅਦ ਤਾਂ ਜਦੋਂ ਦੇ ਹੌਲੀ ਹੌਲੀ ਮਤਲਬ ਕਿ ਸਮਝ ਆ ਜਾਂਦੀ ਹੈ ਵੀ ਇਹ ਕੰਮ ਆਪ ਹੀ ਕਰਨਾ ਚਾਹੀਦਾ, ਆਪਾਂ ਕਰਨਾ ਚਾਹੀਦਾ। ਹਾਂ, ਹੋਰ ਤੁਸੀਂ ਕਿੱਥੋਂ ਕਿੱਥੋਂ ਦੇਖਦੇ ਹੋ ਸਾਡੇ ਬਲੌਗ ਤੇ ਤੁਹਾਨੂੰ ਵਧੀਆ ਲੱਗਦੀ ਹੈ ਇਹ ਵੀ ਜ਼ਰੂਰ ਦੱਸਿਓ। ਹਾਂਜੀ, ਫਿਰ ਆਪਾਂ ਇਸੇ ਤਰ੍ਹਾਂ ਦੇ ਪਿੰਡੂ ਬਲੌਗ ਪਾਇਆ ਕਰਾਂਗੇ। ਤਾਂ ਉਹਦੀ ਚਾਹ ਚੂਹ ਪੀਣ ਤੋਂ ਬਾਅਦ ਤੇ ਜੈਸਵੀ ਨੇ ਪੂਰੀ ਮਸਤੀ ਕਰ ਲਈ ਆ। ਜੈਸਵੀ ਕੋਲ ਜਾਣ ਕੇ ਜਿਹੜਾ ਕਿ ਪਵਨ ਫੁੱਲੀ ਨਹੀਂ ਸਮਾਰੀ, ਕਿਉਂਕਿ ਰਾਜਵੀਰ ਜਵੰਡੇ ਬਾਈ ਨੇ ਸਾਡੀ ਇਹਨਾਂ ਦੋਨਾਂ ਦੀ ਇਹਦੇ ਤੇ ਸਾਡੀ ਗੁੜੀਆ ਦੀ ਸਟੋਰੀ ਲਾਈ ਹੈ। ਹਾਂ, ਸਟੋਰੀ ਲਾਈ ਹੈ ਜਿਹੜੀ ਅਸੀਂ ਇੱਕ ਸੌਂਗ ਤੇ ਪਾਈ ਸੀ, ਤੂੰ ਹੀ ਸੀ ਪਹਿਲੀ ਮਾਏ ਮੇਰੀ ਸਹੇਲੀ ਮਾਏ, ਇਹ ਸੌਂਗ ਤੇ ਅਸੀਂ ਜਿਹੜੇ ਕੀ ਵੀਡੀਓ ਪਾਈ ਸੀਗੀ, ਹਨਾ, ਸੌਂਗ ਲਾ ਕੇ ਹੁਣੇ ਲਾਈ ਸੀ ਤੇ ਹੁਣੇ ਆਪਾਂ ਵਲੌਗ ਦੇ ਵਿੱਚ ਇਹ ਸਭ ਬਣਾਤਾ। ਹਾਂਜੀ, ਲੋ ਵੀ ਪਵਨ ਕਹਿ ਰਹੀ ਹੈ ਜੈਸ਼ ਨੂੰ ਕਹਿਦੇ ਪਾਸੇ ਹੋ ਜਾਊਗਾ, ਕਿਉਂਕਿ ਅੱਜ ਟਰੈਕਟਰ ਚਲਾਉਣ ਨਹੀਂ ਲੱਗੀ, ਟਰੈਕਟਰ ਡਾਉਣ ਲੱਗੀ ਆ। ਤੇ ਪਿੱਛੇ ਹਲ ਪਾਇਆ, ਜੈਸ਼ ਪਾਸੇ ਹੋ ਜਾ। ਨਹੀਂ ਨਹੀਂ ਤੂੰ ਪਾਸੇ ਹੋ ਜਾ ਪੁੱਤ, ਡਾ ਦੂਗੀ ਟਰੈਕਟਰ। ਜੈਸ਼ ਇਹ ਨਾ ਅਜੇ ਮੈਂ ਇੰਨਾ ਐਕਸਪੀਰੀਅੰਸ ਨਹੀਂ ਹੈਗਾ ਮੈਨੂੰ। ਹਾਂ, ਕਿਉਂਕਿ ਸਲਫ ਭੱਜਣ ਲੱਗਿਆ ਮੈਨੂੰ ਲੱਗਦਾ, ਕਹਿੰਦੀ ਅਜੇ ਮੈਂ ਬਸ 10 ਮਿੰਟਾਂ 'ਚ ਕੰਮ ਕਰ ਦੂੰਗੀ ਜਿਹੜਾ 2 ਘੰਟਿਆਂ ਵਾਲਾ। ਕਲੱਚ ਤੇ ਪੈਰ ਰੱਖ ਚੁੱਕੀ ਆ ਤੇ ਲੈ ਵੀ ਸਲਫ ਵੱਜਣ ਲੱਗਾ। ਐਵੇਂ ਡਰਾਓ ਨਾ, ਮੈਨੂੰ ਡਰ ਲੱਗਦਾ ਫਿਰ ਐਵੇਂ। ਅੱਜ ਮੈਨੂੰ ਡਰ ਲੱਗ ਰਿਹਾ ਕਿਉਂਕਿ ਪਿੱਛੇ ਹੈਗੇ ਆ ਹਲ। ਵਾਹੇ, ਸਟਾਰਟ ਕਰ ਚੁੱਕੀ ਆ। ਵਾਹਿਗੁਰੂ, ਵਾਹੇ ਤੋਰ ਲਾ ਰੇਸ ਦੇਵੇ ਹੋਰ। ਉਹ ਜਾ ਰਹੀ ਪਵਨ, ਪਵਨ ਨੂੰ ਹਲ ਮਾਰਨੇ ਆ ਗਏ। ਪਹਿਲੀ ਵਾਰੀ ਆ, ਪਹਿਲੀ ਵਾਰੀ ਡਰ ਵੀ ਲੱਗ ਰਿਹਾ। ਠੀਕ ਆ, ਵਧੀਆ ਵਧੀਆ ਵਿਚਾਰ ਆ ਰਿਹਾ ਪੂਰਾ ਵਧੀਆ। ਵੈਸੇ ਟਰੈਕਟਰ ਚਲਾਉਣ ਦਾ ਕਿਵੇਂ ਲੱਗ ਰਿਹਾ? ਓਕੇ ਓਕੇ ਲੱਗ ਰਿਹਾ, ਪੂਰਾ ਵਧੀਆ। ਪ੍ਰੈਕਟਿਸ ਹੋ ਜੂਗੀ, ਹੌਲੀ ਹੌਲੀ ਆ ਜੂਗਾ ਬੰਦ। ਆਹਾ,
ਲਓ ਵੀ ਦੋਸਤੋ ਵਧੀਆ ਰਿਹਾ ਜੀ ਐਕਸਪੀਰੀਅੰਸ ਵੈਸੇ, ਤੇ ਹਲ ਮਾਰਨਾ ਤਾਂ ਸਿੱਖ ਗਈ ਪਵਨ, ਤੇ ਵੱਟਾਂ ਪਾਉਣੀਆਂ ਪਿੱਲੇ ਸਾਲ ਸਿੱਧੀਆਂ ਸਿੱਖ ਗਈ ਸੀ। ਪਿਛਲੇ ਸਾਲ ਆਪਾਂ ਵੱਟ ਪਾਈ ਸੀਗੀ ਤੇ ਐਤਕੀ ਵੀ ਪਾਵਾਂਗੇ, ਐਤਕੀ ਵੀ ਪਾਵਾਂਗੇ ਵੈਸੇ, ਤੇ ਉਦਨ ਆਪਾਂ ਸੁਹਾਗਾ ਮਾਰਿਆ ਸੀਗਾ ਤੇ ਅੱਜ ਆਪਾਂ ਹਾਲ ਜਿਹੜੇ ਕਿ ਪ੍ਰੈਕਟਿਸ ਕੀਤੀ ਆ, ਤੇ ਇੱਕ ਦਿਨ ਫਿਰ ਵੱਟਾਂ ਵੀ ਪਾਵਾਂਗੇ ਜਿੱਦਣ ਸਾਰਾ ਆਪਣਾ ਵਾਹਣ ਜਿਹੜਾ ਕਿ ਵਹਿ ਜੂਗਾ। ਚਲੋ ਚਲੋ ਜਾਓ ਫਿਰ ਤੁਸੀਂ ਘਰੇ। ਹਾਂਜੀ ਚਲੋ ਅਸੀਂ ਜਾਂਦੇ ਆ, ਤੇ ਜੈਸ਼ਵਿਕ ਵੀ ਜਿਹੜਾ ਪੂਰਾ ਖੇਡ ਖੂਡ ਕੇ ਮਿੱਟੀ ਨਾਲ ਪੂਰਾ ਮਤਲਬ ਕਿ ਲਿਬੜ ਗਿਆ ਹਨਾ, ਤੇ ਇਹ ਵੀ ਕਹਿੰਦਾ ਵੀ ਘਰੇ ਮੋਟਰ ਜਿਹੜੀ ਚੱਲਦੀ ਪਈ ਆ ਤੇ ਮੈਂ ਜਾ ਕੇ ਨਹਾਵਾਂ, ਤੇ ਹੁਣ ਅਸੀਂ ਜਾਂਦੇ ਆ ਜੀ ਫਿਰ ਘਰੇ, ਤੇ ਆਰਾਮ ਨਾਲ ਲੈ ਕੇ ਜਾਈਂ ਚੰਗਾ। ਹਾਂਜੀ ਹਾਂਜੀ, ਤੇ ਸਤਿ ਸ਼੍ਰੀ ਅਕਾਲ ਦੋਸਤੋ, ਠੀਕ ਹੈ ਜੀ, ਤੇ ਅੱਜ ਦਾ ਵਲੌਗ ਵਧੀਆ ਲੱਗਿਆ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ।